ਪੰਜਾਬੀ ਬੋਲਣ ਤੇ ਸੁਣਨ ਵਾਲਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ੍ਰੀ ਅਕਾਲ। ਅੱਜ ਪੂਰੇ 2 ਮਹੀਨੇ ਹੋ ਗਏ ਸਾਨੂੰ ਕੈਨੇਡਾ ਆਇਆਂ ਨੂੰ। ਕੈਨੇਡਾ ਘੁੰਮਣ ਦਾ ਮੌਕਾ ਮਿਲਿਆ, ਇੱਥੋਂ ਦਾ ਨਿਆਗਰਾ ਫਾਲ ਦੇਖਣ ਦਾ ਮੌਕਾ ਮਿਲਿਆ, ਸੀਐਨ ਟਾਵਰ, ਹੋਰ ਸਾਰੇ ਅਲੱਗ ਅਲੱਗ ਸ਼ਹਿਰਾਂ ਦੇ ਵਿੱਚ ਜਾਣ ਦਾ, ਉਹਨਾਂ ਸ਼ਹਿਰਾਂ ਨੂੰ ਮਾਣਨ ਦਾ ਮੌਕਾ ਮਿਲਿਆ। ਇੱਥੇ ਆ ਕੇ ਮਨ ਬੜਾ ਖੁਸ਼ ਹੋਇਆ ਇਹ ਦੇਖ ਕੇ ਕਿ ਸਾਡੇ ਬਜ਼ੁਰਗ ਕਿਵੇਂ ਆਪਣੀ ਮਰਜ਼ੀ ਨਾਲ ਟਹਿਲਦੇ ਨੇ, ਆਪਣੀ ਮਰਜ਼ੀ ਨਾਲ ਸੈਰਾਂ ਕਰਦੇ ਨੇ, ਘੁੰਮਦੇ ਨੇ, ਤੇ ਸਾਡੀਆਂ ਬੱਚੀਆਂ, ਸਾਡੀਆਂ ਧੀਆਂ ਭੈਣਾਂ ਅੱਧੀ ਅੱਧੀ ਰਾਤ ਤੱਕ ਕੰਮ ਤੇ ਜਾਂਦੀਆਂ ਨੇ, ਖੁਸ਼ੀ ਖੁਸ਼ੀ ਆਪਣਾ ਜੀਵਨ ਬਤੀਤ ਕਰਦੀਆਂ ਨੇ। ਹੋਰ ਵੀ ਮਨ ਨੂੰ ਖੁਸ਼ੀ ਤੇ ਤਸੱਲੀ ਹੋਈ ਇਹ ਦੇਖ ਕੇ ਕਿ ਪੂਰੇ 2 ਮਹੀਨਿਆਂ ਵਿੱਚ ਸਾਨੂੰ ਇੱਕ ਵੀ ਘਟਨਾ ਇਹੋ ਜਿਹੀ ਦੇਖਣ ਵਾਲੀ ਨਹੀਂ ਮਿਲੀ ਜਿਹਦੇ ਵਿੱਚ ਸਾਡੀਆਂ ਬੱਚੀਆਂ, ਸਾਡੀਆਂ ਭੈਣਾਂ ਜਾਂ ਸਾਡੇ ਬਜ਼ੁਰਗਾਂ ਨੂੰ ਇੱਥੇ ਰਹਿਣ ਵਿੱਚ ਕੋਈ ਵੱਡੀ ਔਖ ਆਈ ਹੋਵੇ। ਸੋ ਦੂਜਾ ਪਾਸਾ ਜਦੋਂ ਮੈਂ ਆਪਣੇ ਮੁਲਕ ਦਾ ਦੇਖਦਾ ਤਾਂ ਦਿਲ ਮਯੂਸ ਹੋ ਜਾਂਦਾ ਹੈ ਕਿ ਉਸ ਮੁਲਕ ਦੇ ਵਿੱਚ ਸਾਡੀਆਂ ਬੱਚੀਆਂ, ਸਾਡੀਆਂ ਧੀਆਂ ਭੈਣਾਂ ਨੂੰ ਘਰੋਂ ਨਿਕਲਣਾ ਮੁਹਾਲ ਹੋਇਆ ਪਿਆ। ਆਏ ਦਿਨ ਬਲਾਤਕਾਰ ਦੇ ਕੇਸ ਵੱਧਦੇ ਜਾਂਦੇ ਨੇ, ਛੇੜਛਾੜ ਦੇ ਕੇਸ ਵੱਧਦੇ ਜਾਂਦੇ ਨੇ, ਲੁੱਟਾਂ ਖੋਹਾਂ ਤੇ ਮਾਰਨ ਦੇ ਕੇਸ ਵੱਧਦੇ ਜਾਂਦੇ ਨੇ। ਕੀ ਹੋਇਆ ਸਾਡੇ ਉਸ ਰੰਗਲੇ ਪੰਜਾਬ ਨੂੰ? ਇਹ ਸਾਰੇ ਕਾਸੇ ਮਾਹੌਲ ਲਈ ਕੌਣ ਜ਼ਿੰਮੇਵਾਰ ਹੈ? ਇਹ ਸਵਾਲ ਸਾਡੇ ਸੋਚਣ ਵਾਲੇ ਨੇ, ਇਹ ਸਵਾਲ ਸਾਡੇ ਸਮਝਣ ਵਾਲੇ ਨੇ ਕਿ ਅਸੀਂ ਕੀ ਹਾਂ ਤੇ ਕਿੱਥੇ ਪਹੁੰਚ ਗਏ ਹਾਂ, ਕਿੱਧਰ ਨੂੰ ਜਾ ਰਹੇ ਹਾਂ। ਸਾਡੇ ਲੇਖਣ ਤੇ ਸਾਡੇ ਗਾਉਣ ਵਾਲੇ ਭਰਾ ਸਾਡੇ, ਉਹ ਇਹੋ ਜਿਹਾ ਮਾਹੌਲ ਕਿਉਂ ਬਣਾਉਂਦੇ ਜਾ ਰਹੇ ਨੇ ਆਪਣੀਆਂ ਲਿਖਤਾਂ ਤੇ ਆਪਣੇ ਗਾਉਣ ਦੇ ਵਿੱਚ ਜਿਹਦੇ ਵਿੱਚ ਸਿਰਫ ਸਾਡੀਆਂ ਧੀਆਂ ਦੇ ਲੱਕਾਂ ਦੇ ਹੁਲਾਰਿਆਂ ਦੀ ਗੱਲ ਕੀਤੀ ਜਾਂਦੀ ਹੈ? ਜਿਹਦੇ ਵਿੱਚ ਸਾਡੀਆਂ ਧੀਆਂ ਭੈਣਾਂ ਦੇ ਅੱਖਾਂ ਦੇ ਇਸ਼ਾਰਿਆਂ ਦੀ ਗੱਲ ਕੀਤੀ ਜਾਂਦੀ ਹੈ? ਉਹਨਾਂ ਦੀ ਤੋੜ ਦੀ ਗੱਲ ਕੀਤੀ ਜਾਂਦੀ ਹੈ? ਲਿਖਣ ਵਾਲਿਆਂ ਦੀ ਕਲਮ ਉੱਥੇ ਕਿਉਂ ਚੁੱਪ ਹੋ ਜਾਂਦੀ ਹੈ ਜਦੋਂ ਗਦਰੀ ਗੁਲਾਬ ਕੌਰ ਦੀ ਗੱਲ ਆਉਂਦੀ ਹੈ ਕਿ ਕਿਵੇਂ ਉਹ ਕੈਨੇਡਾ ਦੀ ਧਰਤੀ ਤੋਂ ਉੱਠ ਕੇ ਗਦਰੀ ਬਾਬਿਆਂ ਦੇ ਨਾਲ ਗਦਰ ਕਰਨ ਲਈ ਪੰਜਾਬ ਪਹੁੰਚੀ? ਲਿਖਣ ਵਾਲਿਆਂ ਦੀ ਕਲਮ ਉੱਥੇ ਕਿਉਂ ਚੁੱਪ ਕਰ ਜਾਂਦੀ ਹੈ ਜਦੋਂ ਮਾਈ ਭਾਗੋ ਦੀ ਗੱਲ ਆਉਂਦੀ ਹੈ? ਉਹ ਕਿਉਂ ਨਹੀਂ ਦੱਸਦੇ ਕਿ ਸਾਡੀਆਂ ਬੀਬੀਆਂ ਕੁਰਬਾਨੀਆਂ ਵਿੱਚ ਕਿਵੇਂ ਅੱਗੇ ਰਹੀਆਂ, ਸਾਡੀਆਂ ਬੀਬੀਆਂ ਨੇ ਮੁਲਕ ਨੂੰ ਆਜ਼ਾਦ ਕਰਾਉਣ ਲਈ ਕਿਵੇਂ ਮੋਢੇ ਨਾਲ ਮੋਢਾ ਲਾ ਕੇ ਸਾਡੇ ਭਰਾਵਾਂ ਦੇ ਨਾਲ ਸੰਘਰਸ਼ ਕੀਤਾ? ਮੈਂ ਬੇਨਤੀ ਕਰਨੀ ਚਾਹੁੰਦਾ ਆਪਣੇ ਲਿਖਣ ਤੇ ਗਾਉਣ ਵਾਲਿਆਂ ਨੂੰ ਕਿ ਤੁਹਾਡੀਆਂ ਕਲਮਾਂ, ਤੁਹਾਡੇ ਸੰਗੀਤ, ਤੁਹਾਡੀ ਮੂੰਹ, ਤੁਹਾਡਾ ਗਲਾ ਉਹ ਗੱਲ ਕਰੇ ਕਿ ਕਿਵੇਂ ਆਏ ਦਿਨ ਸਾਡੇ ਪੰਜਾਬ ਦੇ ਵਿੱਚ ਸਾਡੇ 80-80, 90-90 ਸਾਲ ਦੇ ਸਾਡੇ ਬਜ਼ੁਰਗਾਂ ਨੂੰ ਆਪਣੇ ਜਿਨਸਾਂ ਦੇ ਭਾਅ ਲੈਣ ਲਈ ਆਪਣੀਆਂ ਦਾੜੀਆਂ ਸੜਕਾਂ ਤੇ ਰੋਲਣੀਆਂ ਪੈਂਦੀਆਂ ਨੇ, ਜਦੋਂ ਸਾਡੀਆਂ ਬੱਚੀਆਂ ਡਿਗਰੀਆਂ ਲੈਂਦੀਆਂ, ਯੂਨੀਵਰਸਿਟੀਆਂ ਦੇ ਵਿੱਚ ਚੌਂਕਾਂ ਦੇ ਵਿੱਚ ਨਾਅਰੇ ਮਾਰਦੀਆਂ ਨੇ ਆਪਣੇ ਹੱਕਾਂ ਦੇ ਲਈ ਤਾਂ ਉਹਨਾਂ ਨੂੰ ਬੇਇੱਜ਼ਤ ਕੀਤਾ ਜਾਂਦਾ। ਪੜ੍ਹ ਲਿਖ ਕੇ ਜਦੋਂ ਸਾਡੇ ਹੱਥਾਂ ਵਿੱਚ ਡਿਗਰੀਆਂ ਹੁੰਦੀਆਂ ਨੇ ਤਾਂ ਸਾਡੀਆਂ ਧੀਆਂ ਭੈਣਾਂ ਤੇ ਸਾਡੇ ਨੌਜਵਾਨਾਂ ਨੂੰ ਟੈਂਕੀਆਂ ਤੇ ਚੜ੍ਹ ਕੇ ਨਾਅਰੇ ਮਾਰਨੇ ਪੈਂਦੇ ਨੇ। ਇਹ ਪੰਜਾਬ ਹੈ? ਆਓ ਨਵੇਂ ਪੰਜਾਬ ਦੀ ਕਾਮਨਾ ਕਰੀਏ, ਨਵੇਂ ਸਮਾਜ ਦੀ ਕਾਮਨਾ ਕਰੀਏ, ਇਹ ਸਾਡਾ ਸਾਰਿਆਂ ਦਾ ਫਰਜ਼ ਹੈ। ਮਿਹਰਬਾਨੀ।